ਡਾਕਟਰ ਪਰਮਜੀਤ ਸਿੰਘ ਦੀ ਪੁਸਤਕ ਉਦਾਸੀ ਇੱਕ ਸਧਾਰਨ ਸਥਿਤੀ ਤੋਂ ਲੈ ਕੇ ਗੰਭੀਰ ਰੋਗ ਤੱਕ ਅਗਲਾ ਭਾਗ ਹੈ ਮੇਨੀਆਂ ਦੇ ਲੱਛਣ ਖਾਸ ਲੱਛਣ ਮਰੀਜ਼ ਦਾ ਮਨ ਲਗਾਤਾਰ অতি ਪਰਸਨ ਜਾਂ ਵਿਸਮਾਦ ਭਰਿਆ ਰਹਿੰਦਾ ਹੈ ਬਾਅਦ ਚ ਕਈ ਮਰੀਜ਼ ਆਪਣੇ ਆਪ ਨੂੰ ਪਰਮਾਨੰਦ ਵਾਲੀ ਅਵਸਥਾ ਵਿੱਚ ਮਹਿਸੂਸ ਕਰਦੇ ਹੈ ਕਈਆਂ ਚ ਪ੍ਰਸੰਤਾ ਦੀ ਥਾਂ ਤੇ ਚੜਚੜਾਪਨ ਆ ਜਾਂਦਾ ਹੈ ਜੋ ਬਾਅਦ ਵਿੱਚ ਬੇਕਾਬੂ ਜੋਸ਼ ਵਿੱਚ ਤਬਦੀਲ ਹੋ ਸਕਦਾ ਹੈ। ਦੂਸਰਾ ਆਮ ਲੱਛਣ ਪਹਿਲਾ ਸਵੈ ਮਾਨ ਤੇ ਆਤਮ ਵਿਸ਼ਵਾਸ ਵੱਧ ਜਾਂਦਾ ਹੈ। ਫਿਰ ਮਰੀਜ਼ ਆਪਣੇ ਆਪ ਨੂੰ ਮਹਾਨ ਜਾਂ ਪ੍ਰਤਾਪੀ ਸਮਝਣਾ ਸ਼ੁਰੂ ਕਰ ਦਿੰਦਾ ਹੈ। ਚੜ੍ਹਦੀਆਂ ਕਲਾਂ ਵਾਲੇ ਖਿਆਲ ਆਉਂਦੇ ਹੈ। ਮਰੀਜ਼ ਵੱਡੀਆਂ-ਵੱਡੀਆਂ ਡਿੰਗਾ ਮਾਰਦਾ ਹੈ। ਕਈ ਆਪਣੇ ਆਪ ਨੂੰ ਕੋਈ ਮਹਾਨ ਸ਼ਖਸੀਅਤ, ਧਾਰਮਿਕ ਨੇਤਾ, ਗੁਰੂ, ਪੈਗੰਬਰ, ਚਮਤਕਾਰੀ ਪੁਰਸ਼ ਜਾਂ ਅਥਾ ਸ਼ਕਤੀ ਦਾ ਮਾਲਕ ਕਹਿਣ ਲੱਗਦੇ ਹੈ। ਕੁਝ ਤਾਂ ਆਪਣੇ ਆਪ ਨੂੰ ਰੱਬ ਹੀ ਸਮਝਣ ਲੱਗ ਪੈਂਦੇ ਐ ਦੂਸਰਾ ਅੰਦਰ ਦੀ ਸਤਾ ਮਤਲਬ ਸ਼ਕਤੀ ਵੱਧ ਜਾਂਦੀ ਐ ਜਿਸ ਕਰਕੇ ਸਰੀਰ ਦੀ ਕਿਰਿਆਸ਼ੀਲਤਾ 'ਚ ਵਾਧਾ ਹੋ ਜਾਂਦਾ ਐ ਥਕਾਵਟ ਬਹੁਤ ਘੱਟ ਹੁੰਦੀ ਐ ਜਾਂ ਹੁੰਦੀ ਹੀ ਨਹੀਂ ਮਰੀਜ਼ ਦੇ ਕੰਮ ਕਰਨ ਦੀ ਗਤੀ 'ਚ ਤੇਜ਼ੀ ਆ ਜਾਂਦੀ ਐ ਸਾਰੇ ਕੰਮ ਫਟਾਫਟ ਮੁੱਕਣ ਲੱਗਦੇ ਹਨ ਨੀਂਦ ਦੀ ਲੋੜ ਹੀ ਮਹਿਸੂਸ ਨਹੀਂ ਹੁੰਦੀ ਉਹ ਥੋੜਾ ਜਿਨਾ ਸੌਣ ਤੇ ਤਰੋ ਤਾਜ਼ਾ ਹੋ ਜਾਂਦਾ ਐ ਬਿਮਾਰੀ ਗੰਭੀਰ ਹੋਣ ਤੇ ਉਹਦੀਆਂ ਹਰਕਤਾਂ ਨਿਰਉਦੇਸ਼ ਤੇ ਬੇਤਰਤੀਬੀਆਂ ਹੋ ਜਾਂਦੀਆਂ ਹਨ। ਉਹਨੂੰ ਖਾਣ ਪੀਣ ਤੇ ਆਪਣੀ ਸਫਾਈ ਦੀ ਕੋਈ ਪਰਵਾਹ ਨਹੀਂ ਹੁੰਦੀ। ਇਸ ਨਾਲ ਉਹਦੀ ਸਿਹਤ ਵਿਗੜ ਸਕਦੀ ਹੈ ਤੇ ਨਤੀਜਾ ਘਾਤਕ ਵੀ ਨਿਕਲ ਸਕਦਾ ਹੈ। ਤੀਸਰਾ ਸ਼ੁਰੂ-ਸ਼ੁਰੂ ਚ ਮਰੀਜ਼ ਗਲਾਦੜ ਹੋ ਜਾਂਦਾ ਹੈ। ਖਿਆਲਾਂ ਦੇ ਘੋੜੇ ਬੇਲਗਾਮ ਦੌੜਨ ਲੱਗਦੇ ਐ ਤੇ ਬੋਲ ਵੀ ਨਾਲੋਂ ਨਾਲ ਤੇਜ਼ ਹੋਈ ਚਲਾ ਜਾਂਦਾ ਹੈ। ਬਿਮਾਰੀ ਵਧਣ ਨਾਲ ਉਹਦੀਆਂ ਗੱਲਾਂ ਦਾ ਸਿਰ ਪੈਰ ਲ ਬਣਾ ਮੁਸ਼ਕਿਲ ਹੋ ਜਾਂਦਾ ਹੈ। ਚੌਥਾ ਇਕਾਗਰਤਾ ਮੁੱਕ ਜਾਂਦੀ ਹੈ ਜਿਸ ਕਾਰਨ ਧਿਆਨ ਖਿੰਡਣ ਲੱਗਦਾ ਹੈ ਇੱਕ ਥਾਂ ਤੇ ਨਹੀਂ ਟਿਕਦਾ ਮਨ ਵਿਆਕੁਲ ਹੋ ਕੇ ਆਲੇ ਦੁਆਲੇ ਹੋਣ ਵਾਲੀ ਹਰ ਫालतू ਹਰਕਤ ਜਾਂ ਵਸਤੂ ਵੱਲ ਖਿੱਚਿਆ ਜਾਂਦਾ ਹੈ ਪੰਜਵਾਂ ਸ਼ੁਰੂ ਚ ਮਰੀਜ਼ ਬੜਾ ਮਿਲਣਸਾਰ ਹੋ ਜਾਂਦਾ ਹੈ ਹਰ ਇੱਕ ਨੂੰ ਨਿਰ ਸੰਕੋਚ ਮਿਲਣ ਜੁਲਣ ਲੱਗ ਪੈਂਦਾ ਹੈ ਕਲੱਬ ਕਿਸੇ ਧਾਰਮਿਕ ਜਾਂ ਸਮਾਜਿਕ ਸੰਸਥਾ ਦਾ ਮੈਂਬਰ ਬਣ ਜਾਂਦਾ ਹੈ ਉਦੀ ਸਰਗਰਮੀਆਂ 'ਚ ਵੱਧ ਚੜ ਕੇ ਭਾਗ ਲੈਂਦਾ ਹੈ। ਛੇਵਾਂ ਕਾਮਵਾਸਨਾ ਵੱਧ ਜਾਂਦੀ ਹੈ। ਧਿਆਨ ਆਨੰਦਮਈ ਸਰਗਰਮੀਆਂ ਵੱਲ ਵਧਣ ਲੱਗਦਾ ਹੈ। ਫਿਰ ਸਮਾਜਿਕ ਚੱਕ ਕੇ ਉੱਡਣ ਲੱਗਦੇ ਹੈ। ਇਸਤਰੀਆਂ ਨਾਲ ਛੇੜਖਾਨੀਆਂ ਤੇ ਭੱਦੇ ਮਜ਼ਾਕ ਕਰਦਾ ਹੈ ਤੇ ਇੱਜ਼ਤ ਨੂੰ ਹੱਥ ਪਾਉਣ ਦੀ ਵੀ ਕੋਸ਼ਿਸ਼ ਕਰ ਸਕਦਾ ਹੈ। ਫਜ਼ੂਲ ਖਰਚੀ ਸ਼ੁਰੂ ਹੋ ਜਾਂਦੀ ਹੈ ਤੇ ਆਪਣੇ ਵਪਾਰ 'ਚ ਬੇਵਕੂਫੀ ਭਰੀ ਮੂੜੀ ਲਗਾਉਣ ਲੱਗਦਾ ਹੈ। ਗੁਰਦੁਆਰਿਆਂ ਮੰਦਰਾਂ ਜਾਂ ਗਰੀਬਾਂ ਆਦ ਨੂੰ ਵਿਤੋ ਬਾਰਾ দান ਕਰ ਦਿੰਦਾ ਹੈ ਸਤਵਾਂ ਕਈ ਰੋਗੀਆਂ 'ਚ ਇਹਨਾ ਜੋਸ਼ ਆ ਜਾਂਦਾ ਹੈ ਕਿ ਉਹ ਬੇਕਾਬੂ ਹੋ ਜਾਂਦੇ ਆ ਹਰ ਇੱਕ ਨਾਲ ਖੇਬੜਨ ਲੱਗਦੇ ਆ ਤੇ ਨੌਬਤ ਲੜਾਈ ਮਾਰ ਕੁੱਟਾਈ ਤੱਕ ਪਹੁੰਚ ਜਾਂਦੀ ਹੈ ਅਗਲਾ ਭਾਗ ਹੈ ਚਿਰਕਾਲੀਨ ਉਦਾਸੀ ਵਿਕਾਰ ਇਸ ਵਿਕਾਰ 'ਚ ਗੰਭੀਰ ਉਦਾਸੀ ਦੇ ਲੱਛਣ ਨਹੀਂ ਹੁੰਦੇ ਪਰ ਹਲਕੀ ਹਲਕੀ ਉਦਾਸੀ ਉਮਰ ਭਰ ਚੱਲਦੀ ਰਹਿੰਦੀ ਹੈ ਇਹ ਉਮਰ ਦੇ ਪਹਿਲੇ ਭਾਗ ਜਾਂ ਬਡੇਰੀ ਉਮਰ ਵਿੱਚ ਵੀ ਸ਼ੁਰੂ ਹੋ ਸਕਦੀ ਹੈ ਮਰੀਜ਼ ਦੀ ਉਮਰ ਦਾ ਬਹੁਤਾ ਭਾਗ ਇਹਦੀ ਮਾਰ ਹੇਠ ਰਹਿੰਦਾ ਹੈ ਇਸ ਲਈ ਇਹ ਦੁਖਦਾਈ ਹੁੰਦੀ ਹੈ ਤੇ ਮਰੀਜ਼ ਨੂੰ ਅਪਾਹਜ ਕਰ ਦਿੰਦੀ ਹੈ ਸਮਾਜਿਕ ਸਬੰਧ ਬਣਾਉਣੇ ਤੇ ਫਿਰ ਉਹਨਾਂ ਨੂੰ ਨਿਭਾਉਣਾ ਕਠਨ ਹੋ ਜਾਂਦਾ ਹੈ ਕੇਸ ਹਿਸਟਰੀ ਸ੍ਰੀ ਕੁਲਦੀਪ ਸਿੰਘ ਆਪਣੀ ਇਸੇ ਤਰ੍ਹਾਂ ਦੀ ਦੁਖਦਾਈ ਜ਼ਿੰਦਗੀ ਤੋਂ ਤੰਗ ਆ ਕੇ ਜਦੋਂ ਮਨੋ ਰੋਗਾਂ ਦੇ ਮਾਹਰ ਡਾਕਟਰ ਕੋਲ ਆਇਆ ਉਹਨੇ ਆਪਣੀ ਹਾਲਤ ਦਾ ਬਿਆਨ ਇਸ ਤਰ੍ਹਾਂ ਕੀਤਾ ਉਹਨੇ ਦੱਸਿਆ ਕਿ ਸ਼ਾਇਦ ਉਹ ਪਹਿਲੀ ਜਮਾਤ ਤੋਂ ਹੀ ਉਦਾਸ ਰਿਹਾ ਹੈ ਕਦੀ ਕਦੀ ਕੁਝ ਦਿਨ ਉਹ ਆਪਣੇ ਆਪ ਨੂੰ ਠੀਕ ਮਹਿਸੂਸ ਜ਼ਰੂਰ ਕਰਦਾ ਰਿਹਾ ਪਰ ਉਦਾਸੀ ਵਾਲੇ ਦਿਨਾਂ 'ਚ ਉਹ ਸੁਸਤ ਰਹਿਣ ਲੱਗ ਜਾਂਦਾ ਸੀ ਕਿਸੇ ਵੀ ਕੰਮ 'ਚ ਉਹਦਾ ਦਿਲ ਨਹੀਂ ਸੀ ਲੱਗਦਾ ਜਾਂ ਕਰਨ 'ਚ ਮਜ਼ਾ ਨਹੀਂ ਸੀ ਆਉਂਦਾ ਉਹਦੀ ਇਕਾਗਰਤਾ ਸਦਾ ਘਟ ਹੀ ਰਹੀ ਅਯੋਗਤਾ ਤੇ ਅਸਮਰੱਤਾ ਦੀ ਭਾਵਨਾ ਉਹਦੇ ਅੰਦਰ ਘਰ ਘਰ ਚੁੱਕੀ ਸੀ ਨਿਰਾਸ਼ਾ ਤੇ ਰੋਸਾ ਉਹਦੀ ਜ਼ਿੰਦਗੀ ਦਾ ਅਟੁੱਟ ਹਿੱਸਾ ਬਣ ਚੁੱਕੇ ਸਨ ਕੋਈ ਸਮਾਂ ਉਹਨੂੰ ਐਸਾ ਯਾਦ ਨਹੀਂ ਸੀ ਆਉਂਦਾ ਜਦੋਂ ਉਹ ਇਸ ਸਮਾਜ ਵਿੱਚ ਆਪਣੇ ਆਪ ਨੂੰ ਆਨੰਦਮਈ ਮਹਿਸੂਸ ਕੀਤਾ ਹੋਵੇ ਉਹ ਛੋਟੇ ਛੋਟੇ ਸਮਾਜਿਕ ਉਤਸਵਾਂ ਜਿਵੇਂ ਜਨਮ ਦਿਨਾਂ ਤੇ ਜਾਣ ਤੋਂ ਵੀ ਘਬਰਾਉਂਦਾ ਹੀ ਰਿਹਾ ਸੀ ਇਸੇ ਲਈ ਜ਼ਿਆਦਾ ਉਹ ਜਾਣ ਤੋਂ ਕਤਰਾ ਜਾਂਦਾ ਸੀ ਜਾਂ ਫਿਰ ਉੱਥੇ ਜਾ ਕੇ ਚੁੱਪ ਸਾਧ ਲੈਂਦਾ ਸੀ ਉਹਨੂੰ ਲੱਗਦਾ ਕਿ ਹਰ ਕੋਈ ਉਹਦੀ ਨਿਗਰਾਨੀ ਕਰ ਰਿਹਾ ਹੈ ਤੇ ਉਹਨੂੰ ਉਹ ਜੱਡ ਸਮਝਦਾ ਹੈ ਇਸ ਲਈ ਜੇਕਰ ਕੋਈ ਉਹਨੂੰ ਬੁਲਾ ਲਏਗਾ ਤਾਂ ਉਹਨੂੰ ਸ਼ਰਮਿੰਦਗੀ ਤੇ ਭੈੜੇ ਪੰਦਾ ਸਾਹਮਣਾ ਕਰਨਾ ਪਏਗਾ ਸੋ ਉਹ ਨੀਵੀਂ ਪਾ ਕੇ ਰੱਖਣ ਵਿੱਚ ਹੀ ਆਪਣਾ ਬਚਾਅ ਸਮਝਦਾ ਸੀ ਜਿਵੇਂ ਜਿਵੇਂ ਉਹ ਵੱਡਾ ਹੋਇਆ ਉਹਦੇ ਕੁਝ ਦੋਸਤ ਜ਼ਰੂਰ ਬਣੇ ਪਰ ਪੱਕਾ ਬੇਲੀ ਕੋਈ ਨਾ ਬਣ ਸਕਿਆ ਕਾਲਜ ਦੀਆਂ ਕੁੜੀਆਂ ਨੂੰ ਬੁਲਾਉਣਾ ਤਾਂ ਇੱਕ ਪਾਸੇ ਰਿਹਾ ਉਹ ਤਾਂ ਉਹਨਾਂ ਕੋਲੋਂ ਡਰਦਾ ਸੀ ਉਹਦੇ ਨੰਬਰ ਘਟਾਉਂਦੇ ਜਿਸ ਕਰਕੇ ਰਿਡ ਦਾ ਖੁਰਦਾ ਉਹ ਵੀ ਇਹ ਤਾਂ ਕਰ ਗਿਆ ਪਰ ਉਸ ਤੋਂ ਬਾਅਦ ਉਹਨੇ ਕਾਲਜ ਛੱਡ ਦਿੱਤਾ ਕੁਦਰਤੀ ਨੂੰ ਇੱਕ ਐਸੀ ਨੌਕਰੀ ਮਿਲ ਗਈ ਜਿਸ ਵਿੱਚ ਲੋਕਾਂ ਨਾਲ ਬਹੁਤਾ ਵਾਹ ਨਹੀਂ ਸੀ ਪੈਂਦਾ ਇਸ ਲਈ ਉਹ ਕੁਝ ਰਾਹਤ ਮਹਿਸੂਸ ਕਰਦਾ ਸੀ ਪਰ ਉਹਨੇ ਹਰ ਹੋਣ ਵਾਲੀ ਤਰੱਕੀ ਤੋਂ ਇਨਕਾਰ ਕਰ ਦਿੱਤਾ ਤਾਂ ਕਿ ਲੋਕਾਂ ਨਾਲ ਉਹਦਾ ਵਾਹ ਘੱਟ ਹੀ ਪਵੇ ਹੁਣ ਵੀ ਉਹਦੇ ਹੀਟ ਕੁਝ ਲੋਕ ਕੰਮ ਕਰਦੇ ਹਨ ਪਰ ਉਹਨਾਂ ਨੂੰ ਕੋਈ ਹਿਦਾਇਤ ਦੇਣੀ ਉਸ ਲਈ ਸਿਰਦਰਦੀ ਹੈ ਉਹਦਾ ਕੋਈ ਦੋਸਤ ਨਹੀਂ ਤੇ ਨਾ ਹੀ ਉਹ ਕਿਸੇ ਉਤਸਵ ਤੇ ਜਾਂਦਾ ਮਾਪਿਆਂ ਦੇ ਕਈ ਵਾਰੀ ਜ਼ੋਰ ਦੇਣ ਦੇ ਬਾਵਜੂਦ ਵੀ ਉਹ ਵਿਆਹ ਕਰਨ ਤੋਂ ਇਨਕਾਰ ਹੀ ਕਰਦਾ ਰਿਹਾ ਕਿਉਂਕਿ ਉਹਨੂੰ ਲੱਗਦਾ ਹੈ ਕਿ ਉਹ ਇਹ ਜ਼ਿੰਮੇਵਾਰੀ ਕਦੇ ਵੀ ਨਹੀਂ ਨਿਭਾ ਸਕੇਗਾ ਉੱਪਰਲੀ ਕੇਸ ਹਿਸਟਰੀ ਦੇ ਵਿਚਾਰ ਕਰਨ ਤੇ ਉਹ ਸਾਫ਼ ਜ਼ਾਹਿਰ ਹੈ ਕਿ ਮਰੀਜ਼ ਦਾ ਚਿੱਤ ਮੁੱਖ ਤੌਰ ਤੇ ਉਦਾਸ ਹੀ ਰਿਹਾ ਪਰ ਉਹਦੇ ਹੁਣ ਤੱਕ ਦੇ ਜੀਵਨ ਚ ਗੰਭੀਰ ਉਦਾਸੀ ਦੇ ਲੱਛਣ ਜਿਵੇਂ ਭੁੱਖ ਦਾ ਘਟਣਾ ਜਾਂ ਵਧਣਾ ਭਾਰ ਦਾ ਕਾਫੀ ਘਟਣਾ ਜਾਂ ਵਧਣਾ ਨੀਂਦ ਦਾ ਕਾਫੀ ਘਟਣਾ ਮਰਨ ਦੇ ਖਿਆਲ ਆਉਣੇ ਜਾਂ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕਰਨੀ ਪਾਪ ਜਾਂ ਗੁਨਾਹ ਦੀ ਭਾਵਨਾ ਤੇ ਆਲੇ ਦੁਆਲੇ ਦੇ ਲੋਕਾਂ ਤੇ ਪੱਕਾ ਤੇ ਅਟੁੱਟ ਸ਼ੱਕ ਕਦੀ ਵੀ ਨਹੀਂ ਹੋਇਆ ਇਸੇ ਕਾਰਨ ਇਸ ਵਿਕਾਰ ਨੂੰ ਨਿਖੇੜਿਆ ਗਿਆ ਹੈ ਦੂਸਰਾ ਹੈ ਹਾਲਾਤਾਂ ਕਾਰਨ ਉਤਪਨ ਉਦਾਸੀ ਵਿਕਾਰ ਜ਼ਿੰਦਗੀ ਆਪਣੇ ਆਪ ਨੂੰ ਹਾਲਾਤਾਂ ਦੇ ਅਨੁਸਾਰ ਢਾਲਣ ਦਾ ਨਾਮ ਹੈ ਮੁਸ਼ਕਲਾਂ ਤੇ ਤਣਾਅ ਵਾਲੀਆਂ ਘਟਨਾਵਾਂ ਨਾਲ ਜੂਝਦੇ ਹੋਏ ਅਨੁਕੂਲਨ ਕਰ ਲੈਣਾ ਸ਼ਖਸੀਅਤ ਦੀ ਪੱਕਿਆਈ ਦਾ ਚਿੰਨ੍ਹ ਹੈ ਪਰ ਕਈ ਵਿਅਕਤੀਆਂ ਦੀ ਸ਼ਖਸੀਅਤ ਇੰਨੀ ਕਮਜ਼ੋਰ ਹੁੰਦੀ ਹੈ ਕਿ ਕਿਸੇ ਕਿਸਮ ਦੀ ਮਾਰ ਨਾਂ ਚੱਲਦੇ ਹੋਏ ਲਿਫ ਜਾਂਦੀ ਹੈ ਉਹ ਕਿਸੇ ਮਾਨਸਿਕ ਵਿਕਾਰ ਦਾ ਸ਼ਿਕਾਰ ਹੋ ਜਾਂਦੇ ਹੈ ਉਹਨਾਂ ਵਿੱਚੋਂ ਇੱਕ ਉਦਾਸੀ ਵਿਕਾਰ ਵੀ ਹੋ ਸਕਦਾ ਹੈ ਇਹ ਵਿਕਾਰ ਦੋ ਤਰ੍ਹਾਂ ਦਾ ਹੋ ਸਕਦਾ ਹੈ ਪਹਿਲਾ ਥੋੜੇ ਸਮੇਂ ਲਈ ਵੱਧ ਤੋਂ ਵੱਧ 1 ਮਹੀਨੇ ਲਈ ਦੂਜਾ ਲੰਬੇ ਸਮੇਂ ਲਈ ਵੱਧ ਤੋਂ ਵੱਧ 2 ਸਾਲ ਲਈ ਇਹ ਮਰੀਜ਼ ਇੰਨੇ ਉਤੇਜਿਤ ਹੋ ਜਾਂਦੇ ਹੈ ਕਿ ਇਹਨਾਂ ਦੇ ਰੋਜ਼ਮਰra ਸਮਾਜਿਕ ਜੀਵਨ 'ਚ ਵਿਗਨ ਪੈਣਾ ਸ਼ੁਰੂ ਹੋ ਜਾਂਦਾ ਹੈ ਇਸ ਤਰ੍ਹਾਂ ਦੇ ਵਿਕਾਰ ਪੈਦਾ ਹੋਣ ਲਈ ਤਣਾਅ ਵਾਲੀ ਸਥਿਤੀ ਦਾ ਹੋਣਾ ਲਾਜ਼ਮੀ ਹੈ ਇਹ ਸਥਿਤੀਆਂ ਹੇਠ ਲਿਖੀਆਂ ਹੋ ਸਕਦੀਆਂ ਪਹਿਲਾ ਕਿਸੇ ਸਰੀਰਕ ਬਿਮਾਰੀ ਦਾ ਹੋਣਾ ਜਾਂ ਉਹਦੇ ਹੋਣ ਦੀ ਸੰਭਾਵਨਾ ਦਾ ਪਤਾ ਲੱਗਣਾ ਦੂਸਰਾ ਕਿਸੇ ਪਿਆਰੇ ਦੀ ਮੌਤ ਜਾਵੇ ਛੋੜਾ ਤੀਸਰਾ ਕਿਸੇ ਨਵੇਂ ਤੇ ਉਪਰੇ ਮਾਹੌਲ ਚ ਜਾਣਾ ਜਿਵੇਂ ਦੂਜੇ ਪ੍ਰਾਂਤ ਜਾਂ ਦੇਸ਼ ਚ ਵਸਣਾ ਜਾਂ ਰਫਿਊਜੀ ਬਣਨਾ ਆਮ ਤੌਰ ਤੇ ਵਿਕਾਰ ਤਣਾਅ ਪੈਦਾ ਹੋਣ ਦੇ 1 ਮਹੀਨੇ ਦੇ ਅੰਦਰ ਅੰਦਰ ਹੋ ਜਾਂਦਾ ਹੈ ਤੇ 6 ਮਹੀਨੇ ਤੱਕ ਅਨੁਕੂਲਨ ਹੋ ਜਾਂਦੇ ਠੀਕ ਹੋ ਜਾਂਦਾ ਪਰ ਜੇਕਰ ਇਹ ਸਥਿਤੀ ਬਣੀ ਰਹੇ ਤਾਂ ਇਹ 2 ਸਾਲ ਤੱਕ ਲਟਕ ਵੀ ਸਕਦਾ ਹੈ पर जेकर 2 ਸਾਲ ਤੋਂ ਬਾਅਦ ਵੀ ਇਹ ਠੀਕ ਨਾ ਹੋਵੇ ਤਾਂ ਕਿਸੇ ਹੋਰ ਪ੍ਰਕਾਰ ਦੇ ਉਦਾਸੀ ਵਿਕਾਰ ਦੇ ਹੋਣ ਵੱਲ ਇਸ਼ਾਰਾ ਕਰਦਾ ਹੈ। ਅਗਲਾ ਭਾਗ ਹੈ ਚਿੰਨਾਤਮਕ ਉਦਾਸੀ ਵਿਕਾਰ। ਇਹ ਉਦਾਸੀ ਆਪਣੇ ਆਪ ਚ ਪੂਰਨ ਵਿਕਾਰ ਨਾ ਹੋ ਕੇ ਕਿਸੇ ਹੋਰ ਬਿਮਾਰੀ ਜਾਂ ਹਾਲਤ ਦਾ ਚਿੰਨ ਹੁੰਦੀ ਹੈ। ਸੋ ਉਸ ਬਿਮਾਰੀ ਜਾਂ ਹਾਲਤ ਜਿਸ ਕਾਰਨ ਇਹ ਉਪਜਦੀ ਹੈ ਦੇ ਠੀਕ ਹੋਣ ਨਾਲ ਇਹ ਆਪਣੇ ਆਪ ਹੀ ਲੁપ્ત ਹੋ ਜਾਂਦੀ ਹੈ। ਇਹਦੇ ਕੁਝ ਆਮ ਕਾਰਨ ਇਹ ਹੈ ਪਹਿਲਾ ਦਿਮਾਗ ਜਾਂ ਤੰਤੂਆਂ ਦੀਆਂ ਬਿਮਾਰੀਆਂ ਨਿਊਰੋਲੋਜੀਕਲ ਜਿਵੇਂ ਪਹਿਲਾ ਸਿਰ ਦੀ ਸੱਟ ਦੂਸਰਾ ਅਦਰੰਗ ਤੀਸਰਾ ਮਿਰਗੀ ਚੌਥਾ ਦਿਮਾਗ ਦੀ ਰਸੌਲੀ ਆਦ ਅਗਲਾ ਭਾਗ ਹੈ ਕਿਟਾਣੂਆਂ ਰਹੀਂ ਪੈਦਾ ਹੋਈਆਂ ਬਿਮਾਰੀਆਂ ਇਨਫੈਕਟਿਵ ਇਹਦੇ ਚ ਹੈ ਪਹਿਲੀ ਇਨਫਲੂਐਂజా ਦੂਸਰਾ ਦਿਮਾਗ ਦੀ ਸੋਜ ਤੇ ਤੀਸਰਾ ਹੈ ਪੀਲੀਆ ਅਗਲੀ ਹੈ ਅਨੁਵੰਸ਼ਿਕ ਜੈਨੇਟਿਕ ਰੋਗ ਉਸ ਤੋਂ ਅਗਲੀ ਹੈ ਕੈਂਸਰ ਉਸ ਤੋਂ ਅਗਲੀ ਹੈ ਪੰਜਵੀਂ ਵਿਟਾਮਿਨਾਂ ਦੀ ਕਮੀ ਖਾਸ ਕਰਕੇ ਫੋਲਿਕ ਐਸਿਡ ਤੇ ਵਿਟਾਮਿਨ B12 ਦੀ ਕਮੀ ਛੇਵਾਂ ਹੈ ਹਾਰਮੋਨਾਂ ਕਾਰਨ ਐਂਡੋਕਰਾਈਨ ਸਤਵਾਂ ਹੈ ਦਵਾਈਆਂ ਦੇ ਬੁਰੇ ਅਸਰ ਕਰਕੇ ਅਠਵਾਂ ਹੈ ਦੂਜੀਆਂ ਮਾਨਸਿਕ ਬਿਮਾਰੀਆਂ ਜੋ ਮੀਨਸ ਸਕੀਜ਼ੋਫਰੀਨੀਆ ਤੇ ਨਸ਼ਿਆਂ ਦੀ ਵਰਤੋਂ ਖਾਸ ਕਰਕੇ ਸ਼ਰਾਬ ਕਰ। ਅਗਲਾ ਭਾਗ ਹੈ ਮਖੋਟਾਤਾਰੀ ਉਦਾਸੀ ਵਿਕਾਰ। ਇਸ ਤਰ੍ਹਾਂ ਦੇ ਮਰੀਜ਼ਾਂ 'ਚ ਮਨ ਦੀ ਉਦਾਸੀ ਉਗੜ ਕੇ ਸਾਹਮਣੇ ਨਹੀਂ ਆਉਂਦੀ ਪਰ ਉਹ ਕਿਸੇ ਹੋਰ ਸਰੀਰਕ ਬਿਮਾਰੀ ਦਾ ਜ਼ਿਕਰ ਕਰਦਾ ਰਹਿੰਦਾ ਜਿਵੇਂ ਕਲਾ ਹੈ ਪੁਰਾਣੀ ਪੀੜ ਖਾਸ ਕਰਕੇ ਚਿਹਰੇ ਦੀ ਜਾਂ ਪਿੱਠ ਦੇ ਹੇਠਲੇ ਹਿੱਸੇ ਦਾ ਦਰਦ। ਦੂਸਰਾ ਨੀਂਦ ਦਾ ਘਟਣਾ। ਤੀਸਰਾ ਭਾਰ ਦਾ ਘਟਣਾ ਚੌਥਾ ਪੇਟ ਦੀ ਖਰਾਬੀ ਜਿਵੇਂ ਖੱਟੇ ਡਕਾਰ ਗੈਸ ਤੇ ਪੇਟ ਦਰਦ ਤੇ ਪੰਜਵਾਂ ਜੋੜਾਂ 'ਚ ਮੱਠਾ ਮੱਠਾ ਦਰਦ ਇਹ ਮਰੀਜ਼ ਆਪਣੀਆਂ ਸਰੀਰਕ ਅਲਾਮਤਾਂ ਨੂੰ ਲੈ ਕੇ ਇੱਕ ਤੋਂ ਦੂਜੇ ਡਾਕਟਰ ਵੱਲ ਪਟਕਦੇ ਰਹਿੰਦੇ ਹਨ ਹਰ ਇੱਕ ਡਾਕਟਰ ਟੈਸਟਾਂ ਦੀ ਇੱਕ ਲਿਸਟ ਬਣਾ ਦਿੰਦਾ ਹੈ ਵੰਸ ਵੰਨੀਆਂ ਦਵਾਈਆਂ ਪ੍ਰਯੋਗ ਕਰਨ ਦੀ ਸਲਾਹ ਦੇ ਦਿੰਦਾ ਹੈ ਅੰਤ ਵਿੱਚ ਜਦੋਂ ਮਰੀਜ਼ ਮਨੋਚਿਕਿਤਸਕ ਕੋਲ ਪਹੁੰਚਦਾ ਹੈ ਤਉ ਉਹਦੇ ਹੱਥ 'ਚ ਇੱਕ ਮੋਟੀ ਫਾਈਲ ਹੁੰਦੀ ਹੈ ਜਿਸ ਵਿੱਚ ਸਾਰੇ ਡਾਕਟਰਾਂ ਦੀਆਂ ਪਰਚੀਆਂ ਜਿਨ੍ਹਾਂ 'ਚ ਲਿਖੀਆਂ ਸਾਰੀਆਂ ਦਵਾਈਆਂ ਦੇ ਸੇਵਨ ਤੋਂ ਬਾਅਦ ਵੀ ਰੋਗ ਠੀਕ ਹੋਣ ਦਾ ਨਾਂ ਨਹੀਂ ਲੈਂਦਾ ਤੇ ਟੈਸਟਾਂ ਦੀਆਂ ਕਈ ਰਿਪੋਰਟਾਂ ਜਿਨ੍ਹਾਂ 'ਚ ਕੋਈ ਨੁਕਸ ਨਹੀਂ ਹੁੰਦਾ ਤਰਤੀਬ ਵਾਰ ਲੱਗੀਆਂ ਹੁੰਦੀਆਂ ਇਸ ਤੋਂ ਅਸੀਂ ਆਸਾਨੀ ਨਾਲ ਮਰੀਜ਼ ਦੇ ਸਮੇਂ ਤੇ ਪੈਸੇ ਦੀ ਬਰਬਾਦੀ ਦਾ ਅੰਦਾਜ਼ਾ ਲਗਾ ਸਕਦੇ ਹਾਂ ਰੋਜ਼ ਦੇ ਤਜਰਬੇ ਤੋਂ ਇਹ ਵੀ ਵੇਖਿਆ ਗਿਆ ਹੈ ਕਿ ਕੁਝ ਮਰੀਜ਼ ਆਪਣੇ ਉਦਾਸੀ ਦੇ ਮਾਨਸਿਕ ਚਿੰਨਾਂ ਨੂੰ ਬੜੀ ਚਤ్రਾਈ ਜਾਂ ਸਾਵਧਾਨੀ ਨਾਲ ਛੁਪਾ ਜਾਂਦੇ ਹਨ ਤੇ ਡਾਕਟਰ ਅੱਗੇ ਸਿਰਫ ਸਰੀਰਕ ਚਿੰਨਾਂ ਦਾ ਹੀ ਵਰਣਨ ਕਰਦੇ ਹਨ ਕਿਉਂਕਿ ਆਮ ਡਾਕਟਰ ਸਿਰਫ ਉਹਨਾਂ ਚਿੰਨਾਂ ਨੂੰ ਹੀ ਮਹੱਤਤਾ ਦਿੰਦਾ ਹੈ ਕਈ ਇਸ ਕਰਕੇ ਵੀ ਸਰੀਰਕ ਚਿੰਨਾਂ ਨੂੰ ਜ਼ਿਆਦਾ ਤਰਜੀਹ ਦਿੰਦੇ ਹੈ ਕਿਉਂਕਿ ਇਹ ਮਰੀਜ਼ ਸੱਚਮੁੱਚ ਇਹ ਸਮਝਦੇ ਹੈ ਕਿ ਉਹਨਾਂ ਨੂੰ ਕੋਈ ਐਸੀ ਭਿਆਨਕ ਬਿਮਾਰੀ ਲੱਗੀ ਹੋਈ ਹੈ ਜਿਹੜੀ ਉਹਨਾਂ ਦੀ ਮਾਨਸਿਕਤਾ ਨੂੰ ਖਰਾਬ ਕਰ ਰਹੀ ਹੈ ਅੰਤ ਵਿੱਚ ਇਹ ਵੀ ਕਹਿਣਾ ਜ਼ਰੂਰੀ ਹੋਏਗਾ ਕਿ ਉਦਾਸੀ ਵਿਕਾਰ ਦੇ ਮਰੀਜ਼ਾਂ ਨੂੰ ਹੋਰ ਵੀ ਸਰੀਰਕ ਰੋਗ ਇੱਕੋ ਸਮੇਂ ਹੋ ਸਕਦੇ ਐ ਇਹ ਚੰਗੀ ਤਰ੍ਹਾਂ ਸਾਬਤ ਹੋ ਚੁੱਕਾ ਹੈ ਕਿ ਸਰੀਰਕ ਬਿਮਾਰੀਆਂ ਵਾਲੇ ਮਰੀਜ਼ਾਂ ਵਿੱਚੋਂ ਲਗਭਗ 1/4 ਮਰੀਜ਼ਾਂ ਨੂੰ ਸਰੀਰਕ ਰੋਗ ਦੇ ਨਾਲ-ਨਾਲ ਉਦਾਸੀ ਵਿਕਾਰ ਵੀ ਹੁੰਦਾ ਹੈ ਇਸ ਲਈ ਉਹਨਾਂ ਦੇ ਸਰੀਰਕ ਰੋਗਾਂ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਉਦਾਸੀ ਵਿਕਾਰ ਦੇ ਕਾਰਨ ਇਸ ਸਬੰਧ ਵਿੱਚ ਹੁਣ ਤੱਕ ਹੋ ਚੁੱਕੀਆਂ ਖੋਜਾਂ ਦੇ ਆਧਾਰ ਤੇ ਸਭ ਤੋਂ ਵੱਧ ਮਾਨਤਾ ਪ੍ਰਾਪਤ ਦ੍ਰਿਸ਼ਟੀਕੋਣ ਮਨੋਜੀਵ ਸਮਾਜਿਕ ਦ੍ਰਿਸ਼ਟੀਕੋਣ ਬਾਇਓ ਸਾਈਕੋ ਸੋਸ਼ਲ ਵਿਊ ਹੈ ਮਨੋਜੀਵ ਸਮਾਜਿਕ ਦ੍ਰਿਸ਼ਟੀਕੋਣ ਜੀਵ ਵਿਗਿਆਨਕ ਉਮਰ ਲਿੰਗ ਤੰਤੂ ਰਸਾਇਣ ਹਾਰਮੋਨ ਵੰਸ਼ਿਕ ਦਿਮਾਗ ਦੀ ਰਚਨਾ ਮਨੋਜੀਵ ਸਮਾਜਿਕ ਦ੍ਰਿਸ਼ਟੀਕੋਣ ਸਮਾਜਿਕ ਪਰਿਵਾਰਕ ਸਥਿਰਤਾ ਸਮਾਜਿਕ ਸਹਾਰਾ ਜਾਂ ਟਾਸਣਾ ਲਿੰਗ ਬੱਚੇ ਦੀ ਪਾਲਣਾ ਪੋਸਣਾ ਦਾ ਢੰਗ ਨਿਵਾਸ ਸਥਾਨ ਘੱਟ ਗਿਣਤੀ ਜਮਾਤ ਦੀਆਂ ਸਮੱਸਿਆਵਾਂ ਤੇ ਸਮਾਜਿਕ ਤੇ ਧਾਰਮਿਕ ਕੀਮਤਾਂ ਮਾਨਸਿਕ ਹੈ ਸ਼ਖਸੀਅਤ ਤਣਾਅਪੂਰਨ ਸਥਿਤੀਆਂ ਪਾਲਣਾ ਪੋਸਣਾ ਗਲਤ ਧਾਰਨਾਵਾਂ ਦੀ ਸਿਖਲਾਈ ਦੁਖਦਾਇਕ ਬਚਪਨ ਮਨੋਵਿਸ਼ਲੇਸ਼ਣ ਮਤ ਜੀਵ ਵਿਗਿਆਨ ਦੇ ਮਾਨਸਿਕ ਪਹਿਲੂਆਂ ਨੂੰ ਪ੍ਰਭਾਵਿਤ ਕਰਦੇ ਹਨ ਮਾਨਸਿਕ ਹਾਲਤਾਂ ਸਮਾਜਿਕ ਪ੍ਰਸਥਿਤੀਆਂ ਦੇ ਪ੍ਰਭਾਵ ਛੱਡਦੀਆਂ ਹਨ ਤੇ ਸਮਾਜਿਕ ਤੇ ਮਾਨਸਿਕ ਪੇਚੀਦਗੀਆਂ ਨਾਲ ਜੀਵ ਵਿਗਿਆਨ ਵਿੱਚ ਤਬਦੀਲੀਆਂ ਹੁੰਦੀਆਂ ਹਨ ਇਸ ਤਰ੍ਹਾਂ ਇਹ ਸਭ ਅੰਤਰ ਸਬੰਧਿਤ ਹਨ ਇਸ ਨੁਕਤਾ ਨਿਗਾਹ ਮੁਤਾਬਕ ਸਰੀਰਕ ਸਿਹਤ ਵਾਂਗ ਹੀ ਸਾਡੀ ਮਾਨਸਿਕ ਸਿਹਤ ਵੀ ਤਿੰਨਾ ਮਾਨਸਿਕ ਜੀਵ ਵਿਗਿਆਨਕ ਤੇ ਸਮਾਜਿਕ ਤੁਰਿਆਂ ਤੇ ਹੀ ਆਧਾਰਿਤ ਹੈ ਇਹਨਾਂ ਤਿੰਨਾਂ ਦੀ ਮਹੱਤਤਾ ਇੱਕ ਮਰੀਜ਼ ਤੋਂ ਦੂਸਰੇ ਮਰੀਜ਼ ਤੇ ਇੱਕੋ ਮਰੀਜ਼ ਵਿੱਚ ਇੱਕੋ ਸਮੇਂ ਤੇ ਦੂਜੇ ਸਮੇਂ ਭਿੰਨ ਹੁੰਦੀ ਹੈ ਇਹ ਮਹੱਤਤਾ ਬਿਮਾਰੀ ਦੀ ਹਾਲਤ ਤੇ ਵੀ ਨਿਰਭਰ ਕਰਦੀ ਹੈ ਭਾਵੇਂ ਉਸ ਵੇਲੇ ਬਿਮਾਰੀ ਮੁੱਢਲੀ ਹਾਲਤ ਵਿੱਚ ਹੈ ਤੇਜ਼ ਤਰਾਰ ਹੈ ਚਿਰਕਾਲੀਨ ਮਤਲਬ ਕਰੋਨਿਕ ਹੈ ਜਾਂ ਠੀਕ ਹੋ ਰਹੀ ਹੈ ਉਦਾਸੀ ਦੇ ਹਰ ਇੱਕ ਕਾਰਨ ਦਾ ਪੂਰਾ ਵੇਰਵਾ ਦੇਣਾ ਇੱਕ ਕਿਤਾਬ ਦੇ ਘੇਰੇ 'ਚ ਲਿਆਉਣਾ ਅਸੰਭਵ ਹੈ ਪਰ ਕੁਝ ਜ਼ਰੂਰੀ ਨੁਕਤਿਆਂ ਤੇ ਵਿਚਾਰ ਤੋਂ ਬਿਨਾ ਵੀ ਇਹ ਅਧੂਰੀ ਹੋਏਗੀ ਪਹਿਲਾ ਜੀਵ ਵਿਗਿਆਨਕ ਕਾਰਨ ਇਹਦਾ ਪਹਿਲਾ ਭਾਗ ਹੈ ਲਿੰਗ ਬਹੁਤ ਸਾਰੀਆਂ ਖੋਜਾਂ ਤੋਂ ਸਿੱਧ ਹੋਇਆ ਹੈ ਕਿ ਆਵਰਤੀ ਉਦਾਸੀ ਵਿਕਾਰ ਔਰਤਾਂ ਚ ਆਦਮੀਆਂ ਨਾਲੋਂ ਦੋ ਗੁਣਾ ਵੱਧ ਹੁੰਦਾ ਹੈ। ਦੋ ਤ੍ਰੂਵੀ ਵਿਕਾਰਾਂ ਵਿਕਾਰ ਵੀ ਔਰਤਾਂ ਚ ਆਦਮੀਆਂ ਨਾਲੋਂ ਕੁਝ ਹੱਦ ਤੱਕ ਵੱਧ ਹੋ ਸਕਦਾ ਹੈ। ਇਸ ਤੋਂ ਇਲਾਵਾ ਔਰਤਾਂ ਚ ਮਹਾਵਾਰੀ ਤੇ ਜਨੇਪੇ ਤੋਂ ਬਾਅਦ ਉਦਾਸੀ ਵਿਕਾਰ ਦੇ ਹੋਣ ਦੀ ਸੰਭਾਵਨਾ ਵੱਧ ਹੁੰਦੀ ਹੈ। ਇਹ ਦੋਵੇਂ ਜੀਵ ਵਿਗਿਆਨਕ ਤਬਦੀਲੀਆਂ ਹਨ। ਇਸ ਲਈ ਉਦਾਸੀ ਵਿਕਾਰ ਦੇ ਕਾਰਨਾਂ ਵਿੱਚ ਜੀਵ ਵਿਗਿਆਨਕ ਧਾਰਨਾ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਇਸੇ ਦਾ ਦੂਸਰਾ ਭਾਗ ਹੈ ਉਮਰ ਅਵਰਤੀ ਉਦਾਸੀ ਵਿਕਾਰ ਹੁੰਦੀ ਹੈ ਔਸਤਨ ਉਮਰ 40 ਸਾਲ ਤੇ ਦੋ ਤਰੂਵੀ ਵਿਕਾਰ ਦੀ 30 ਸਾਲ ਹੈ ਜਦ ਕਿ ਤਣਾਅ ਨਾਲ ਪੈਦਾ ਹੋਣ ਵਾਲਾ ਵਿਕਾਰ ਕਿਸੇ ਵੀ ਉਮਰ ਚ ਹੋ ਸਕਦਾ ਹੈ ਉਮਰ ਨਾਲ ਹੋਣ ਵਾਲੀਆਂ ਤਬਦੀਲੀਆਂ ਦਾ ਮੁੱਖ ਆਧਾਰ ਜੀਵ ਵਿਗਿਆਨਕ ਹੈ ਤੀਸਰਾ ਵੰਸ਼ਕ ਆਵਰਤੀ ਤੇ ਦੋ ਧਰਵੀ ਵਿਕਾਰ ਦੇ ਵੰਸ਼ਿਕ ਹੋਣ ਦੇ ਬਾਰੇ ਚ ਸ਼ੱਕ ਦੀ ਗੁੰਜਾਇਸ਼ ਨਹੀਂ ਲੱਗਦੀ ਕਿਉਂਕਿ ਵੈਸੇ ਤਾਂ ਆਮ ਆਬਾਦੀ ਵਿੱਚ 1 ਸਾਲ ਵਿੱਚ ਇਸ ਰੋਗ ਦੀ ਸੰਭਾਵਨਾ 5.3% ਹੁੰਦੀ ਹੈ ਪਰ ਪਹਿਲਾ ਜੇਕਰ ਮਾਤਾ ਪਿਤਾ ਵਿੱਚੋਂ ਕਿਸੇ ਇੱਕ ਨੂੰ ਦੋ ਧਰਵੀ ਵਿਕਾਰ ਹੋਵੇ ਤਾਂ ਬੱਚੇ 'ਚ ਇਹ ਵਿਕਾਰ ਹੋਣ ਦੀ ਸੰਭਾਵਨਾ 25% ਹੁੰਦੀ ਹੈ ਦੂਸਰਾ ਜੇਕਰ ਮਾਤਾ ਪਿਤਾ ਦੋਨਾਂ ਨੂੰ ਇਹ ਵਿਕਾਰ ਹੋਵੇ ਤਾਂ ਉਮੀਦ ਵੱਧ ਤੋਂ ਵੱਧ ਕੇ 50 ਤੋਂ 75% ਹੋ ਜਾਂਦੀ ਹੈ ਤੀਸਰਾ ਜੋੜੇ ਬੱਚਿਆਂ 'ਚ ਸੰਭਾਵਨਾ 20 ਤੋਂ 70% ਹੁੰਦੀ ਹੈ ਅਗਲਾ ਭਾਗ ਹੈ ਤੰਤੂ ਰਸਾਇਣਾਂ ਦੀ ਭੂਮਿਕਾ ਇਹ ਪੂਰੀ ਤਰ੍ਹਾਂ ਸਾਬਤ ਹੋ ਚੁੱਕਾ ਹੈ ਕਿ ਉਦਾਸੀ ਵਿਕਾਰ ਵਿੱਚ ਦਿਮਾਗ ਦੇ ਕੁਝ ਰਸਾਇਣਾਂ ਜਿਵੇਂ ਸੇਰੋਟ ਟੋਨਨ ਨੋਰੈਪੀਨੇਫ੍ਰਿਨ ਤੇ ਡੋਪਾਮਾਈਨ ਦੀ ਕਿਰਿਆਸ਼ੀਲਤਾ ਘਟ ਜਾਂਦੀ ਹੈ। ਮਾਨਸਿਕ ਕਾਰਨ ਇਹਦਾ ਸਬੰਧ ਮਾਨਸਿਕ ਕਿਰਿਆਵਾਂ ਨਾਲ ਹੈ। ਪਹਿਲਾ ਸ਼ਖਸੀਅਤ ਇਹ ਵੇਖਿਆ ਗਿਆ ਹੈ ਕਿ ਉਹਨਾਂ ਸ਼ਖਸੀਅਤਾਂ ਵਾਲੇ ਮਨੁੱਖਾਂ ਵਿੱਚ ਉਦਾਸੀ ਜ਼ਿਆਦਾ ਹੁੰਦੀ ਹੈ ਜਿਹੜੇ ਪਹਿਲਾ ਤਣਾਅ ਵਾਲੀ ਸਥਿਤੀ ਨੂੰ ਸਹਾਰਨ ਸਮਰੱਥਾ ਨਹੀਂ ਰੱਖਦੇ ਤੇ ਫਟ ਢੇਰੀ ਢਾਲ ਲੈਂਦੇ ਆ। ਦੂਜੇ ਤੇ ਲੜ ਹੁੰਦੇ ਆ ਤੇ ਹਰ ਵੇਲੇ ਨਾਤਾ ਗਤੀ ਮਹਿਸੂਸ ਕਰਦੇ ਰਹਿੰਦੇ ਆ ਤੀਸਰਾ ਆਪਣਾ ਵਿਚਾਰ ਨਿਸ਼ਚੇ ਨਾਲ ਪ੍ਰਗਟ ਨਹੀਂ ਕਰ ਸਕਦੇ ਤੇ ਚੌਥਾ ਜਿਨ੍ਹਾਂ ਨੂੰ ਆਪਣੇ ਆਪ ਤੇ ਭਰੋਸਾ ਨਹੀਂ ਹੁੰਦਾ ਤੇ ਦੂਜਿਆਂ ਦੇ ਆਸਰੇ ਜਿਉਂਦੇ ਅਗਲਾ ਭਾਗ ਹੈ ਪਾਲਣਾ ਪੋਸਣਾ ਤੇ ਬਚਪਨ ਦੇ ਅਨੁਭਵ ਜਿਨ੍ਹਾਂ ਦੇ ਬਚਪਨ ਦਾ ਮਾਹੌਲ ਦੁੱਖਾਂ ਭਰਿਆ ਹੋਵੇ ਉਸਾਰੂ ਨਾ ਹੋ ਕੇ ਸਗੋਂ ਵਿਨਾਸ਼ਕ ਤੇ ਪ੍ਰਤੀਕੂਲ ਹੋਵੇ ਤੇ ਬਚਪਨ ਵਿੱਚ ਹੀ ਮਾਤਾ ਪਿਤਾ ਵਿੱਚੋਂ ਕਿਸੇ ਇੱਕ ਦੀ ਮੌਤ ਹੋ ਗਈ ਹੋਵੇ ਤਾਂ ਉਦਾਸੀ ਵਿਕਾਰ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਤੀਸਰਾ ਜ਼ਿੰਦਗੀ 'ਚ ਵਾਪਰਨ ਵਾਲੀਆਂ ਘਟਨਾਵਾਂ ਜਿਨ੍ਹਾਂ ਵਿਅਕਤੀਆਂ ਦੀ ਸ਼ਖਸੀਅਤ ਵਿੱਚ ਕਟਿਆਈ ਹੋਵੇ, ਪਾਲਣਾ ਪੋਸਣਾ 'ਚ ਕਮੀ ਰਹਿ ਗਈ ਹੋਵੇ, ਬਚਪਨ ਦੇ ਅਨੁਭਵ ਮਾੜੇ ਹੋਣ ਤਾਂ ਸੀ ਕਹਿ ਸਕਦੇ ਹਾਂ ਕਿ ਇਹਨਾਂ ਵਿੱਚ ਉਦਾਸੀ ਦਾ ਬਾਰੂਦ ਭਰਿਆ ਹੋਇਆ ਹੈ। ਬਾਅਦ ਦੀ ਜ਼ਿੰਦਗੀ 'ਚ ਜਦੋਂ ਕੋਈ ਅਨਸੁਖਾਵਾਂ ਮੌਕਾ ਆ ਜਾਂਦਾ ਹੈ ਜਦੋਂ ਕੋਈ ਦੁਖਦਾਈ ਅਨੁਭਵ ਹੁੰਦਾ ਹੈ ਤਾਂ ਇਹ ਚੰਗਿਆੜੀ ਦਾ ਕੰਮ ਕਰਦਾ ਹੈ ਤੇ ਬਾਰੂਦ ਫਟ ਜਾਂਦਾ ਹੈ। ਭਾਵ ਮਨੁੱਖ ਉਦਾਸੀ ਵਿਕਾਰ ਦਾ ਸ਼ਿਕਾਰ ਹੋ ਜਾਂਦਾ ਹੈ। ਜ਼ਰੂਰੀ ਪਰ ਇਸ ਦੇ ਵਿਪਰੀਤ ਕਈ ਵਿਅਕਤੀਆਂ ਵਿੱਚ ਸ਼ਖਸੀਅਤ ਦੀ ਪੱਕਿਆਈ ਵੀ ਹੁੰਦੀ ਹੈ। ਬਚਪਨ ਵੀ ਸੁਖਾਵਾ ਹੁੰਦਾ ਹੈ। ਕੋਈ ਦੁਖਦਾਈ ਘਟਨਾ ਵੀ ਨਹੀਂ ਵਾਪਰਦੀ। ਸਭ ਠੀਕ-ਠਾਕ ਚੱਲ ਰਿਹਾ ਹੁੰਦਾ ਹੈ। ਦੁਨੀਆ ਦੇ ਸਾਰੇ ਸੁੱਖ ਮੌਜੂਦ ਹੁੰਦੇ ਹੋਏ ਵੀ ਕੁਝ ਜੀਵ ਵਿਗਿਆਨਕ ਕਮੀਆਂ ਹੋਣ ਕਾਰਨ ਅੰਦਰੋਂ ਹੀ ਇਹ ਵਿਕਾਰ ਫਟ ਉੱਠਦਾ ਹੈ। ਆਵਰਤੀ ਉਦਾਸੀ ਤੇ ਦੋਧਰੂਵੀ ਵਿਕਾਸ ਇਸੇ ਦੀਆਂ ਉਦਾਹਰਣਾਂ ਹਨ। ਜੀਵ ਵਿਗਿਆਨਕ ਕਮੀਆਂ ਵੀ ਕਈ ਵਾਰੀ ਬੰਦੂਕ 'ਚ ਭਰੇ ਕਾਰਤੂਸ ਦਾ ਕੰਮ ਕਰਦੀਆਂ ਹਨ। ਠੀਕ ਪਾਲਣਾ ਪੋਸਣਾ ਤੇ ਪੱਕੀ ਸ਼ਖਸੀਅਤ ਹੋਣ ਦੇ ਬਾਵਜੂਦ ਤਣਾਅ ਵਾਲੀ ਹਾਲਤ ਬੰਦੂਕ ਦਾ ਘੋੜਾ ਦਬ ਦਿੰਦੀ ਹੈ ਤੇ ਉਦਾਸੀ ਦਾ ਕਾਰਤੂਸ ਚੱਲ ਜਾਂਦਾ ਹੈ ਪਰ ਜੇਕਰ ਮਨੋਵਿਗਿਆਨਕ ਤੇ ਜੀਵ ਵਿਗਿਆਨਕ ਦੋਨੋਂ ਪ੍ਰਵਿਰਤੀਆਂ ਨਾ ਹੋਣ ਤਾਂ ਆਦਮੀ ਵੱਡੀਆਂ-ਵੱਡੀਆਂ ਤਣਾਉਪੂਰਨ ਘਟਨਾਵਾਂ ਨੂੰ ਚੱਲ ਸਕਦਾ ਹੈ ਆਮ ਆਦਮੀ ਦੇ ਜੀਵਨ ਵਿੱਚ ਤਣਾਉਪੂਰਨ ਸਥਿਤੀਆਂ ਦਾ ਆਉਣਾ ਕੁਦਰਤੀ ਹੈ ਵੱਖ-ਵੱਖ ਸੱਭਿਆਚਾਰਾਂ ਵਿੱਚ ਇਹਨਾਂ ਦੀ ਵੱਖ-ਵੱਖ ਐਮੀਅਤ ਹੈ ਦੁਨੀਆ ਦੀ ਵੱਖ-ਵੱਖ ਦੇਸ਼ਾਂ ਦੀ ਮਨੋਵਿਗਿਆਨਕਾਂ ਨੇ ਉੱਥੋਂ ਦੇ ਸੱਭਿਆਚਾਰ ਵਿੱਚ ਤਣਾਉਪੂਰਨ ਹਾਲਤਾਂ ਤੇ ਉਹਨਾਂ ਦੇ ਪ੍ਰਭਾਵ ਦੀ ਮਾਤਰਾ ਨਾਪਣ ਦੇ ਯਤਨ ਵੀ ਕੀਤੇ ਹਨ ਭਾਰਤੀ ਸਮਾਜ ਨੂੰ ਮੁੱਖ ਰੱਖਦੇ ਹੋਏ ਮੈਡੀਕਲ ਕਾਲਜ ਪਟਿਆਲਾ ਦੇ ਮਨੋਰੋਗ ਵਿਭਾਗ ਦੇ ਡਾਕਟਰ ਗੁਰਮੀਤ ਸਿੰਘ ਤੇ ਉਹਨਾਂ ਦੇ ਸਹਿਯੋਗੀਆਂ ਨੇ ਇੱਕ ਪੈਮਾਨਾ ਤਿਆਰ ਕੀਤਾ ਜਿਸ ਵਿੱਚ ਇਹਨਾਂ ਤਣਾਉਪੂਰਨ ਘਟਨਾਵਾਂ ਦੀ ਤਰਤੀ ਤੇ ਹਰ ਇੱਕ ਘਟਨਾ ਦੇ ਨਾਲ ਪੈਦਾ ਹੋਣ ਵਾਲੇ ਤਣਾਅ ਦੀ ਮਾਤਰਾ ਵੀ ਦਰਸਾਈ ਗਈ ਹੈ। ਇਸ ਸੂਚੀ ਸਭ ਤੋਂ ਵੱਧ ਤਕਲੀਫ ਦੇ ਘਟਨਾ ਨੂੰ ਪਹਿਲੇ ਨੰਬਰ ਤੇ ਸਭ ਤੋਂ ਘੱਟ ਤਕਲੀਫ ਦੇਣ ਵਾਲੀ ਨੂੰ ਅੰਤ ਵਿੱਚ ਰੱਖਿਆ ਗਿਆ। ਘੱਟੋ ਘੱਟ ਤੋਂ ਲੈ ਕੇ ਵੱਧੋ ਵੱਧ ਤੱਕ ਨੂੰ 0 ਤੋਂ 100 ਤੱਕ ਦੇ ਅੰਕ ਰੱਖਦੇ ਹੋਏ ਹਰ ਇੱਕ ਘਟਨਾ ਨੂੰ ਅੰਕ ਪ੍ਰਦਾਨ ਕੀਤੇ ਹਨ। ਇਹ ਸੂਚੀ ਇਸ ਤਰ੍ਹਾਂ done by.